ਕੈਬਨਿਟ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਦਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੱਡਾ ਬਿਆਨ। ਕਿਹਾ ਕਿ ਹੁਣ ਇਹ ਪ੍ਰਧਾਨ ਮੰਤਰੀ ਨਹੀਂ, ਹੁਣ ਤੇ ਸਟੇਜ ਸੈਕਟਰੀ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਆਪ ਖੁਦ ਦੇਸ਼ ਦੇ ਲੋਕਾਂ ਨਾਲ ਧੋਖਾ ਕਰਦੇ ਨੇ। ਕਾਂਗਰਸ ਨੇ ਹਮੇਸ਼ਾ ਲੋਕਾਂ ਦੀ ਦੁੱਖ ਤਕਲੀਫ ਸੁਣੀ ਹੈ। ਉਹਨਾਂ ਕਿਹਾ ਕਿ ਕਾਂਗਰਸ ਨੇ ਬਹੁਤ ਲੜਾਈਆਂ ਲੜੀਆਂ ਨੇ ਤੇ ਬੰਗਲਾਦੇਸ਼ ਨੂੰ ਆਜ਼ਾਦ ਕਰਵਾਇਆ। ਪਾਕਿਸਤਾਨ ਨੂੰ ਚਣੇ ਚਬਾ ਕੇ ਮੰਤਰੀ ਨੇ ਬਾਦਲ ਪਰਿਵਾਰ ਤੇ ਵੀ ਸਾਧਿਆ ਨਿਸ਼ਾਨਾ। ਕਿਹਾ ਕਿ ਬਾਦਲ ਬਹੁਤ ਅੱਗੇ ਅੱਗੇ ਮੋਦੀ ਦੇ ਘੁੰਮਦੇ ਸੀ, ਪਰ ਇਹਨਾਂ ਨੂੰ ਕੁਝ ਵੀ ਨਹੀਂ ਦੇ ਕੇ ਗਿਆ ਮੋਦੀ। ਬਾਦਲ ਪਰਿਵਾਰ ਨੂੰ ਦਿਖਾ ਦਿੱਤਾ ਹੈ ਕਿ ਮੈਂ ਤੁਹਾਡੇ ਨਾਲ ਨਹੀਂ। ਬਾਦਲ ਨੂੰ ਬੀਜੇਪੀ ਤੋਂ ਹੁਣ ਅਲੱਗ ਹੋ ਜਾਣਾ ਚਾਹੀਦਾ ਹੈ। ਮੋਦੀ ਸਾਹਿਬ ਤੇ ਇਤਵਾਰ ਹੀ ਨਹੀਂ ਰਿਹਾ ਹੁਣ। ਮੋਦੀ ਸਾਹਿਬ ਤੇ ਇਤਵਾਰ ਉਦੋਂ ਸੀ ਲੋਕਾਂ ਨੂੰ ਜਦੋਂ 5 ਸਾਲ ਪਹਿਲਾਂ ਵੋਟਾਂ 'ਚ ਫਿਰਦੇ ਸੀਗੇ ਪੂਰੇ ਹਿੰਦੁਸਤਾਨ ਦੇ ਕੋਨੇ ਕੋਨੇ 'ਚ ਵੀ ਜੋ ਮੋਦੀ ਕਹਿ ਰਿਹਾ ਭਾਈਓ ਬਹਿਨੋ 15-15 ਲੱਖ ਆਪਕੇ ਖਾਤੇ ਮੇ ਆਏਗੇ, ਉਹ ਵੀ ਨਹੀਂ ਆਏ, 54 ਨਹੀਂ ਆਈ ਕਿਤੇ। ਉਲਟਾ GST ਡਾਤੀ ਗਰੀਬ ਮਾਰਤੇ, ਨੋਟਬੰਦੀ ਕਰਤੀ, ਔਰ ਸਿਵਾਏ ਅਡਾਨੀ ਅੰਬਾਨੀ ਅਤੇ ਵੱਡੇ ਬੰਦਿਆਂ ਤੋਂ ਕੋਈ ਹਿੰਦੁਸਤਾਨੀ ਇਹਨਾਂ ਨੂੰ ਦਿਸਿਆ ਨਹੀਂ, ਨਾ ਗਰੀਬ ਦਿਸਿਆ, ਨਾ ਕਿਸਾਨ ਦਿਸਿਆ, ਨਾ ਗਰੀਬ ਇੰਡਸਟਰੀਅਲਿਸਟ ਦਿਸਿਆ। ਮੱਧਿਆ ਵਰਗ ਦੇ ਲੋਕ ਤਾਂ ਲਤਾੜ ਕੇ ਰੱਖ ਦਿੱਤੇ। ਔਰ ਮੈਂ ਸਮਝਦਾ ਕਿ ਹੁਣ ਮੋਦੀ ਸਾਹਿਬ 'ਤੇ ਕੋਈ ਇਤਬਾਰ ਨਹੀਂ ਕਰਦਾ, ਉਹ ਸੋਚਦੇ ਨੇ ਇਹਨਾਂ ਨੇ ਮੰਚ 'ਤੇ ਆਉਣਾ, ਇਹ ਸਟੇਜ ਚਾਲਕ ਹੈਗਾ, ਸਟੇਜ ਨੂੰ ਚਲਾ ਸਕਦਾ, ਸਟੇਜ ਸੈਕਟਰੀ ਹੈ, ਨਾਟ ਪ੍ਰਾਈਮ ਮਿਨਿਸਟਰ ਦੀ ਇਹਦੇ ਕੋਲ ਕੋਈ ਇੰਨੀ ਕਲਾਬਾਜ਼ੀ ਹੈਗੀ ਆ। ਪ੍ਰਾਈਮ ਮਿਨਿਸਟਰ ਦਾ ਇੱਕ ਸ਼ਬਦ ਕਿਹਾ ਕਾਨੂੰਨ ਹੁੰਦਾ, ਉਹ ਲਾਗੂ ਹੋਵੇ। ਅਗਰ ਪ੍ਰਾਈਮ ਮਿਨਿਸਟਰ ਕਹੇ ਕਿ ਕਾਨੂੰਨ ਗੱਲ ਲਾਗੂ ਨਾ ਹੋਵੇ ਤਾਂ ਲੋਕਾਂ ਦਾ ਇਤਬਾਰ ਉੱਠ ਜਾਂਦਾ। ਇਸ ਕਰਕੇ ਮੋਦੀ ਸਾਹਿਬ ਨੂੰ ਹੁਣ ਖੁਦ ਪਤਾ ਲੱਗ ਗਿਆ, ਕਿਉਂਕਿ ਉਹ ਜਾ ਰਹੇ ਨੇ, ਹੁਣ ਪੂਰੇ 5 ਸਾਲ ਹੋ ਰਹੇ ਨੇ, ਰਾਹੁਲ ਗਾਂਧੀ ਕਾਂਗਰਸ ਦਾ ਪ੍ਰਾਈਮ ਮਿਨਿਸਟਰ ਆ ਰਿਹਾ। ਨਹੀਂ, ਸ੍ਰੀ ਨਰਿੰਦਰ ਮੋਦੀ ਜੀ ਨੇ ਕਿਹਾ ਜੀ ਜਿਹੜਾ ਰਾਹੁਲ ਗਾਂਧੀ ਨੇ ਜਿੱਤ ਪ੍ਰਾਪਤ ਕੀਤੀ ਹੈ ਬਾਹਰਲੇ ਸਟੇਟਾਂ ਦੇ ਵਿੱਚੋਂ, ਵੀ ਉਹ ਕਿਸਾਨਾਂ ਨੂੰ ਝੂਠ ਆਪਣਾ ਧੋਖਾ ਕੀਤਾ, ਉਹਨਾਂ ਨੇ ਝੂਠ ਬੋਲ ਕੇ ਵੀ ਕਿਸਾਨਾਂ ਦੇ ਕਰਜ਼ੇ ਨੂੰ ਲੈ ਕੇ ਧੋਖਾ ਦੇਣਾ ਕੰਮ ਹੈ ਬੀਜੇਪੀ ਦਾ। ਕਾਂਗਰਸ ਪਾਰਟੀ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸੰਘਰਸ਼ ਕਰਕੇ ਦੇਸ਼ ਆਜ਼ਾਦ ਕਰਾਇਆ। ਜਿਸ ਦੇਸ਼ 'ਚ ਸੂਈ ਨਹੀਂ ਸੀ ਬਣਦੀ, ਉੱਥੇ ਆਈਟਮ ਸ਼ਕਤੀ ਅੱਜ ਬਣਦੀ ਹੈ, ਪੂਰੇ ਦੁਨੀਆ 'ਚ ਪਤਾ ਹੈ, ਇਹ ਰਾਤੋ ਰਾਤ ਨਹੀਂ ਬਣ ਗਿਆ। ਔਰ ਪਾਕਿਸਤਾਨ ਵਰਗਿਆਂ ਨੂੰ ਲੋਹੇ ਦੇ ਚਣੇ ਚਬਾ ਕੇ ਅਸੀਂ ਬੰਗਲਾਦੇਸ਼ ਵੀ ਆਜ਼ਾਦ ਕਰਾਇਆ 71 ਦਾ। ਇਹ ਕਾਂਗਰਸ ਪਾਰਟੀ ਦੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਸੀ, ਔਰ ਜੇ ਦੇਸ਼ ਤਰੱਕੀ ਕੀਤਾ ਤਾਂ ਕਾਂਗਰਸ ਪਾਰਟੀ ਕਰਕੇ ਕੀਤਾ। ਔਰ ਮੋਦੀ ਸਾਹਿਬ ਨੇ ਜੋ ਕਿਹਾ ਸੀ ਕੱਖ ਨਹੀਂ ਕੀਤਾ। ਔਰ ਕਾਂਗਰਸ ਪਾਰਟੀ ਨੇ ਪੰਜਾਬ 'ਚ ਵੀ ਰਾਹੁਲ ਗਾਂਧੀ ਦੀ ਰਹਿਨੁਮਾਈ ਹੁਕਮ ਸਦਕਾ ਇਲੈਕਸ਼ਨ ਤੋਂ ਪਹਿਲਾਂ ਪੰਜਾਬ 'ਚ ਪੰਜਾਬ ਦੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਗਰੀਬ ਕਿਸਾਨ ਦਾ ਅਸੀਂ ਕਰਜ਼ਾ ਮਾਫ਼ ਕਰਨਾ। 2 ਲੱਖ ਤੱਕ ਦਾ ਕਰਜ਼ਾ ਅਸੀਂ ਮਾਫ਼ ਕਰ ਚੁੱਕੇ ਹਾਂ ਮੋਦੀ ਸਾਹਿਬ, ਉਹ 2 ਕਿੱਲੇ ਤੱਕ ਦਾ। ਹੁਣ ਅਸੀਂ 2.5 ਤੋਂ 5 ਏਕੜ ਤੱਕ ਦਾ ਕਰਜ਼ਾ ਮਾਫ਼ ਕਰਨ ਜਾ ਰਹੇ ਹਾਂ, ਔਰ ਪਿੱਛੇ ਕੁਛ ਕਿਸ਼ਤਾਂ ਮਾਫ਼ ਕਰ ਵੀ ਦਿੱਤੀਆਂ। ਅਸੀਂ ਮਾਫ਼ ਕੀਤਾ, ਤੁਸੀਂ 54 ਨਹੀਂ ਦਿੱਤੀ। ਅਸੀਂ ਕਿਹਾ ਸੀ ਕਿ ਬੱਚਿਆਂ ਨੂੰ ਸਮਾਰਟਫੋਨ ਦੇਣੇ ਨੇ, ਅਸੀਂ ਆ 1 ਮਹੀਨੇ ਦੇ ਅੰਦਰ ਅੰਦਰ ਉਹ ਵੀ ਦੇ ਰਹੇ ਹਾਂ। ਅਸੀਂ ਕਿਹਾ ਸੀ ਕਿ ਪੈਨਸ਼ਨ ਵਧਾਉਣੀ ਹੈ, ਇਹਨਾਂ ਨੇ 10 ਸਾਲ 'ਚ 250 ਹੀ ਰੱਖੀ, 1 ਪੈਸਾ ਨਹੀਂ ਵਧਾਇਆ, ਅਸੀਂ ਆਉਂਦੇ ਸਾਰ 750 ਕਰ ਦਿੱਤਾ, ਔਰ ਪਹਿਲੇ ਹੀ ਨੇ ਖੁਸ਼ ਹੋਣ 'ਤੇ ਹੀ ਨੇ। ਇਸ ਕਰਕੇ ਬਾਦਲ ਪਰਿਵਾਰ ਨੂੰ ਸੋਚ ਲੈਣਾ ਚਾਹੀਦਾ, ਨਾ ਇਹਨਾਂ ਨਾਲ ਪੰਜਾਬ ਦੇ ਲੋਕ ਨੇ, ਨਾ ਹੀ ਇਹ ਪ੍ਰਾਈਮ ਮਿਨਿਸਟਰ ਦੇ ਆਸ ਰੱਖਦੇ ਸ਼ਾਇਦ ਕੁਛ ਸਾਡੇ ਵਾਸਤੇ ਕਰਕੇ ਜਾਏਗਾ। ਪ੍ਰਾਈਮ ਮਿਨਿਸਟਰ ਨੇ ਇਹਨਾਂ ਨੂੰ ਇੱਕ ਤਰ੍ਹਾਂ ਨਾਲ ਦਿਖਾਤਾ ਕਿ ਮੈਂ ਤੁਹਾਡੇ ਨਾਲ ਨਹੀਂ ਹਾਂ,
ਔਰ ਪੰਜਾਬ ਦੇ ਨਾਲ ਜੋ ਮੋਦੀ ਸਾਹਿਬ ਆ ਕੇ ਮਜ਼ਾਕ ਕਰਕੇ ਗਏ ਨੇ, ਕੁਛ ਐਲਾਨ ਕਰੇ ਬਗੈਰ ਚਲੇ ਗਏ ਨੇ, ਔਰ ਬਾਦਲਾਂ ਨੂੰ ਉਹਨਾਂ ਤੋਂ ਤੁਰੰਤ ਵੱਖਰੇ ਹੋ ਜਾਣਾ ਚਾਹੀਦਾ, ਲਹਿਦਾ ਹੋ ਜਾਣਾ ਚਾਹੀਦਾ। ਦੇਖੋ ਹਰ ਪ੍ਰਾਈਮ ਮਿਨਿਸਟਰ ਤੋਂ ਆਸ ਹੁੰਦੀ ਹੈ, ਪ੍ਰਾਈਮ ਮਿਨਿਸਟਰ ਪੂਰੇ ਦੇਸ਼ ਦਾ ਹੁੰਦਾ, ਇਕੱਲੇ ਗੁਜਰਾਤ ਦਾ ਨਹੀਂ ਜਾਂ ਕਿਸੇ ਹੋਰ ਸੂਬਿਆਂ ਦਾ ਨਹੀਂ ਜਾਂ ਕਿਸੇ ਪਾਰਟੀ ਦੀ ਹੋਰ ਦੀ ਸਰਕਾਰ ਆ ਉਹਦੇ ਨਾਲ ਅਣਦੇਖੀ ਕਰੇ, ਉਹ ਫਿਰ ਪ੍ਰਾਈਮ ਮਿਨਿਸਟਰ ਨਹੀਂ ਹੋ ਸਕਦਾ। ਗੁਰੂ ਨਾਨਕ ਸਾਹਿਬ ਸਿੱਖਾਂ ਦੇ ਪਹਿਲੇ ਗੁਰੂ ਹੋਏ ਨੇ ਔਰ ਪੂਰੀ ਦੁਨੀਆ 'ਚ ਇਸ ਖੁਸ਼ੀ ਨੂੰ ਮਨਾਇਆ ਜਾ ਰਿਹਾ। 550 ਦਿਨ, 550 ਸਾਲ ਹੈ ਜਿਹੜਾ, ਸ਼ਾਇਦ ਸਾਡੀ ਅਗਲੀ ਵਾਰੀ 600 ਸਾਲ ਦਾ ਦੇਖਾਂਗੇ ਕਿ ਨਹੀਂ ਦੇਖਾਂਗੇ, ਔਰ ਪੂਰੀ ਦੁਨੀਆ 'ਚ ਚਾਅ ਹੈ। ਉਹਨਾਂ ਆਸ ਸੀ ਕਿ ਮੋਦੀ ਸਾਹਿਬ ਸ਼ਾਇਦ ਉਸ ਫੰਕਸ਼ਨ ਵਾਸਤੇ 5-7 ਹਜ਼ਾਰ ਕਰੋੜ ਦਾ ਐਲਾਨ ਕਰਕੇ ਜਾਣਗੇ, ਪਰ ਮੈਂ ਸਮਝਦਾ ਕਿ ਜਦੋਂ ਉਹਨਾਂ ਨੇ ਕੁਛ ਨਹੀਂ ਕੀਤਾ, ਲੋਕਾਂ ਨੇ ਮਹਿਸੂਸ ਕੀਤਾ ਹੈ ਕਿ ਪੰਜਾਬ ਦੀ ਧਰਤੀ 'ਤੇ ਆ ਕੇ, ਗੁਰੂਆਂ ਦੀ ਧਰਤੀ 'ਤੇ ਆ ਕੇ ਉਹਨਾਂ ਨੂੰ ਕੋਈ ਨਾ ਕੋਈ ਐਲਾਨ ਕਰਨਾ ਚਾਹੀਦਾ ਸੀਗਾ, ਉਹ ਬਿਨਾਂ ਐਲਾਨ ਕਰੇ ਚਲੇ ਗਏ। ਮੈਂ ਸਮਝਦਾ ਕਿ ਇਹ ਗੱਲਾਂ ਹੀ ਕਰਦੇ ਨੇ, ਕੰਮ ਕੋਈ ਨਹੀਂ ਕਰਦੇ।